ਅਸਲਾਮ ਅਲੈਕਮ ਕੀ ਹਾਲ ਚਾਲ ਸੁਣਦੇ ਪਏ ਯੂਟਿਊਬ ਚੈਨਲ ਚਾਨੀ ਵੀਲੌਗ ਦਾ ਵਲੌਗ ਕਰਦੇ ਆ ਸਟਾਰਟ ਤੇ ਇਸ ਟਾਈਮ ਅਸੀਂ ਜਾਂਦੇ ਪਏ ਆ ਪਿੰਡੀ ਇੰਨਾ ਕਿਹੜਾ ਵੋਟਾਂ ਦਾ ਹਥਿਆਰ ਬਣਵਾਉਣਾ ਤੇ ਉਹ ਕਿਹੜਾ ਜਾ ਕੇ ਹੁਣ ਪਿੰਡੀਆਂ ਹਥਿਆਰ ਬਣਵਾਉਣਾ ਇੰਨਾ ਸੁਬਾ ਕਿਹੜਾ ਨਾ ਆਉਣਾ ਤੇ ਇਹਨਾਂ ਦਾ ਕਿਹੜਾ ਨਾ ਚੌਧਰੀ ਲਿਆਕਤ ਉਹ ਵੋਟਾਂ 'ਤੇ ਖਲੋਤਾ ਹੈ ਤੇ ਉਸ ਇੱਥੇ ਆ ਕੇ ਤਕਰੀਰ ਕਰਨੀ ਹੈ ਤੇ ਉਹ ਸੋਣਾ ਵੋਟਾਂ 'ਤੇ ਇੱਥੇ ਤਕਰੀਰ ਕੱਲ ਕਰਨ ਤੇ ਇਹ ਕਿਹੜਾ ਨਾ ਬੈਨਰ ਬਣਵਾਉਣ ਇੱਕ ਆਪਣੇ ਬੰਦਿਆਂ ਦਾ ਉਹ ਬੈਨਰ ਕਿਹੜਾ ਨਹੀਂ ਉਹ ਬਣਵਾਉਣਾ ਪਿੰਡੀ ਜਾ ਕੇ ਤੇ ਸਾਡੇ ਨਾਲ ਹੀ ਰਵੇ ਜੇ ਅੱਜ ਦਾ ਵਲੋਗ ਕਿਹੜਾ ਬੜਾ ਦਿਲਚਸਪ ਹੋਣਾ ਤੇ ਅਸੀਂ ਹੁਣ ਜਾਂਦੇ ਪਏ ਉਸ ਟਾਈਮ ਪਿੰਡੀ ਰਵਾਨਾ ਹੋ ਗਿਆ ਜਲਦੀ ਗੰਦੇ ਸਰ ਵਾਪਸ ਆਉਣਾ ਜੀ ਆ ਦੁਕਾਨ ਇੱਥੇ ਆ ਗਿਆ ਸੀ ਤੇ ਇੱਥੇ ਬਣਾਉਣੇ ਫਲੈਕਸ ਜੀ ਤੇ ਹੁਣ ਸਾਡੀ ਵਾਰੀ ਆ ਗਈ ਤੇ ਹੁਣ ਇਹ ਆਪਣੇ ਇਸ਼ਤਿਹਾਰ ਦੀਆਂ ਤਸਵੀਰਾਂ ਦੇ ਉਹ ਇੱਥੇ ਆ ਬਣਾਉਂਦੇ ਪੈਣ ਆਪਣੇ ਮੁਹੰਮਦ ਸੁਲਤਾਨ ਮੀਆਂ ਐਨ ਜਵਾਦ ਸੇ ਅਗੇ ਅਸਲਮ ਨੇ ਛੱਡੋ ਜੀ ਮੌਜ਼ਮ ਵੀ ਮੌਜ਼ਫ ਮੀਮ ਜਗਨ ਤੇ ਪਾਣਾ ਬਾਨ ਮੀਮ ਵਾ ਲਿਖਣੇ ਬਾਉ ਅਗੇ ਮੇ ਮੀਆਂ ਬਰਾਸ਼ ਮੀਆਂ ਬਰਾਸ਼ ਅਸਲਮ ਬਟੇ ਜੀ ਅਗੇ ਮੀਆਂ ਸਜਾਦ ਇੰਤਸਾਰ ਬਟੇ ਹਾਂ
ਲਾ ਮੁਜ਼ਫਰ ਕੌਣ ਲੋੜ ਕੌਣ ਲੋੜ ਜੀ ਇੱਥ ਗਿਆ ਬਣ ਬਾਰੂ ਸ਼ਾਮ ਹੋ ਗਈ ਤਰੇ ਵਜੇ ਆਏ ਆ ਤੇ ਹੁਣ 6 ਦਾ ਟਾਈਮ ਹੋ ਗਿਆ ਤੇ ਹਰ ਕਿਦਾਂ ਹਨੇਰਾ ਹੀ ਹਨੇਰਾ ਹੋ ਗਿਆ ਮੈਨੇ ਵੀ ਤੁਸੀਂ ਸ਼ਾਮ ਹੋ ਗਈ ਹੈ ਤੇ 3 ਘੰਟੇ ਹੋ ਗਏ ਨੇ ਇੱਥੇ ਬੈਠੇ ਆ ਹੁਣ ਜਾ ਕੇ ਤਿਆਰ ਬਣਿਆ ਤੇ ਹੁਣ ਅਸੀਂ ਜਾਂਦੇ ਪਏ ਘਰ ਇੰਡੀਆ ਵਾਪਸ ਆ ਗਏ ਹਾਂ ਤੇ ਅੱਜ ਕੱਲ੍ਹ ਵਲੋਗ ਥੋੜ੍ਹਾ ਬਣਿਆ ਕਿਉਂਕਿ ਟਾਈਮ ਜ਼ਿਆਦਾ ਲੱਗ ਰਾਤ ਹੋ ਗਈ ਹੈ ਤੇ ਸਾਡੇ ਵਲੋਗ ਇੱਥੇ ਐਂਡ ਕਰ ਦਾਂਗੇ ਸਾਡਾ ਵਲੋਗ ਅੱਛਾ ਲੱਗੇ ਤਾਂ ਲਾਈਕ ਸਬਸਕ੍ਰਾਈਬ ਵੀ ਕਰਾ ਦੋਸਤਾਂ ਵੀ ਸ਼ੇਅਰ ਵੀ ਕਰਾ ਦਿਓ ਅੱਲਾ ਹਾਫਿਜ਼ ਮਿਲਦਾ ਅਗਲੇ ਵਲੋਗ ਵਿੱਚ ਤਬ ਕੇ ਲੀਏ ਅੱਲਾ ਹਾਫਿਜ਼।